ਹੇ ਗਾਇਸ ਬੈਕਲ ਹੋ ਚੁੱਕਿਆ ਸੀ ਜੀ ਕੇ ਤੋਂ ਗਾਇਸ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਸਬੋਰੀਅਨ ਸਰਵਿਸ ਸਿਲੈਕਸ਼ਨ ਬੋਰਡ ਕਲਰਕ ਦਾ ਜੋ ਟਾਈਪਿੰਗ ਦਾ ਫਾਈਨਲ ਰਿਜ਼ਲਟ ਆਇਆ ਹੈ ਉਸਦੇ ਅਕੋਰਡਿੰਗ ਇਸਦੀ ਜੋ ਫਾਈਨਲ ਕੱਟ ਆਫ ਕੀ ਰਹਿ ਸਕਦੀ ਹੈ ਉਹ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਕਿਹੜੇ ਕਿਹੜੇ ਕੈਂਡੀਡੇਟਸ ਹਨ ਜੋ ਆਪਣੀ ਸਿਲੈਕਸ਼ਨ ਪੱਕੀ ਸਮਝਣ ਅਤੇ ਕਿਹੜੇ ਕੈਂਡੀਡੇਟਸ ਹਨ ਜੋ ਵੇਟਿੰਗ ਲਿਸਟ ਦੇ ਵਿੱਚ ਆ ਸਕਦੇ ਹਨ। ਪੂਰੀ ਕੈਟਾਗਰੀ ਵਾਈਜ਼ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਫਾਈਨਲ ਕੱਟ ਆਫ। ਠੀਕ ਹੈ, ਤਾਂ ਗਾਇਸ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੈਕੈਂਸੀਜ਼ ਦੇ ਬਾਰੇ ਵਿੱਚ। ਟੋਟਲ ਵੈਕੈਂਸੀਆਂ ਜੋ ਹਨ ਉਹ ਹਨ 1759। ਓਕੇ, 1759 ਟੋਟਲ ਵੈਕੈਂਸੀਆਂ ਹਨ। ਜੋ ਜਰਨਲ ਦੀਆਂ ਸਨ ਉਹ ਸਨ 705। ਠੀਕ ਹੈ, ਐੱਸ ਸੀ ਦੀਆਂ 371। ਠੀਕ ਹੈ, ਉਸ ਤੋਂ ਬਾਅਦ ਬੀ ਸੀ ਦੀਆਂ 176, ਸਾਬਕਾ ਫੌਜੀ ਐਂਡ ਆਸ਼ਰਿਤ 363 ਅਤੇ ਖਿਡਾਰੀ ਦੀਆਂ 74, ਅੰਗਹੀਨ 48 ਅਤੇ ਸੁਤੰਤਰਤਾ ਸੰਗਰਾਮੀ ਇਹਨਾਂ ਦੀਆਂ ਸਨ 22। ਟੋਟਲ ਮਿਲਾ ਕੇ ਜੋ ਵੈਕੈਂਸੀਆਂ ਆਈਆਂ ਸਨ ਉਹ ਸਨ 1759। ਤਾਂ ਗਾਇਸ ਇੱਕ ਨਿਊਜ਼ ਪਬਲਿਸ਼ ਹੋਈ ਸੀ 2017 ਦੇ ਵਿੱਚ ਸ਼ਾਇਦ, ਉਸਦੇ ਵਿੱਚ ਇਨਕਰੀਜ਼ ਕੀਤੀਆਂ ਗਈਆਂ ਸਨ ਵੈਕੈਂਸੀਆਂ, ਕਿਉਂਕਿ ਓਫੀਸ਼ੀਅਲ ਅਜੇ ਤੱਕ ਕੁਝ ਨਹੀਂ ਦਿੱਤਾ। ਇਸ ਕਰਕੇ ਅਸੀਂ 1759 ਵੈਕੈਂਸੀਆਂ ਦੇ ਅਕੋਰਡਿੰਗ ਹੀ ਕੱਟ ਆਫ ਦੇ ਬਾਰੇ ਗੱਲ ਕਰਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕਿੰਨੇ ਕੈਂਡੀਡੇਟਸ ਪਾਸ ਹੋਏ ਹਨ। 4200 ਸਮਥਿੰਗ ਕੈਂਡੀਡੇਟਸ ਪਾਸ ਹੋਏ ਹਨ ਜੋ ਟਾਈਪਿੰਗ ਟੈਸਟ ਜਿਨ੍ਹਾਂ ਨੇ ਪਾਸ ਕੀਤਾ ਹੈ। ਤਾਂ ਗਾਇਸ ਹੁਣ ਅਸੀਂ ਗੱਲ ਕਰਦੇ ਹਾਂ ਕੈਟਾਗਰੀਜ਼ ਵਾਈਜ਼ ਕੀ ਕੱਟ ਆਫ ਰਹਿ ਸਕਦੀ ਹੈ, ਕਿਹੜੇ ਕਿਹੜੇ ਕੈਂਡੀਡੇਟਸ ਹਨ ਜਿਨ੍ਹਾਂ ਦੀ ਸਿਲੈਕਸ਼ਨ ਪੱਕੀ ਹੈ ਅਤੇ ਕਿਹੜੇ ਡਾਊਟਫੁੱਲ ਹਨ। ਠੀਕ ਹੈ, ਵਿਦ ਫੈਕਟ। ਤਾਂ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਰਨਲ ਦੀ ਜੋ ਵੈਕੈਂਸੀ ਹੈ ਉਹ ਹੈ 705। ਠੀਕ ਹੈ, 705 ਵੈਕੈਂਸੀ ਹੈ ਜਰਨਲ ਦੀ। ਤਾਂ ਹੁਣ ਜਰਨਲ ਦੇ ਵਿੱਚ ਕਿਹੜੇ ਕੈਂਡੀਡੇਟਸ ਹਨ ਜੋ ਆਪਣੇ ਆਪ ਨੂੰ ਸੇਫ ਸਮਝ ਸਕਦੇ ਹਨ। ਦੇਖੋ, ਜਿਨ੍ਹਾਂ ਦਾ ਰੈਂਕ 705 ਜਾਂ ਇਸ ਤੋਂ ਉੱਪਰ ਹੈ, ਠੀਕ ਹੈ, 705 ਦਾ ਇਸ ਤੋਂ ਉੱਪਰ ਹੈ, ਉਹ ਸਾਰੇ ਤਾਂ ਸਾਰੇ ਕੈਂਡੀਡੇਟਸ ਚਾਹੇ ਉਹ ਜਰਨਲ ਕੈਟਾਗਰੀ ਨਾਲ ਬਿਲੋਂਗ ਕਰਦੇ ਹਨ ਚਾਹੇ ਉਹ ਕਿਸੇ ਅਦਰ ਕੈਟਾਗਰੀ ਨਾਲ ਬਿਲੋਂਗ ਕਰਦੇ ਹਨ, ਉਹ ਸਾਰੇ ਦੇ ਸਾਰੇ ਸੇਫ ਹਨ। ਸਪੈਸ਼ਲੀ ਜਰਨਲ ਕੈਂਡੀਡੇਟਸ ਜਿਨ੍ਹਾਂ ਦੇ 705 ਜਾਂ ਇਸ ਤੋਂ ਉੱਪਰ ਦੀ ਉੱਪਰ ਦਾ ਰੈਂਕ ਹੈ, ਉਹ ਸਾਰੇ ਕੈਂਡੀਡੇਟ ਸੇਫ ਹਨ, ਉਹ ਆਪਣੇ ਆਪ ਨੂੰ ਸੇਫ ਸਮਝ ਸਕਦੇ ਹਨ। ਕਿਉਂਕਿ ਅਗਰ ਤਾਂ ਓਪਨ ਮੈਰਿਟ ਬਣੇਗੀ ਯਾਨੀ ਕਿ ਬੀ ਸੀ ਐੱਸ ਸੀ ਸਾਰੇ ਕੈਂਡੀਡੇਟਸ ਜਿਨ੍ਹਾਂ ਦੇ ਨੰਬਰ ਵੱਧ ਹਨ ਉਹਨਾਂ ਨੂੰ ਵੀ ਜਰਨਲ ਦੇ ਵਿੱਚ ਇਨਕਲੂਡ ਕੀਤਾ ਜਾਵੇਗਾ, ਤਾਂ ਫਿਰ 705 ਅਗਰ ਜਰਨਲ ਕੈਟਾਗਰੀ ਦੇ ਹੋ ਤੁਸੀਂ ਤਾਂ 705 ਤੋਂ ਉੱਪਰ ਤੁਹਾਡਾ ਰੈਂਕ ਹੈ ਤਾਂ ਤੁਸੀਂ ਸਿਲੈਕਟ ਹੋ। ਠੀਕ ਹੈ, ਅਗਰ ਓਪਨ ਕੈਟਾਗਰੀ ਦੀ ਗੱਲ ਕਰ ਰਹੇ ਹਾਂ, ਅਗਰ ਬੀ ਸੀ ਕੈਟਾਗਰੀ ਦੀ ਅਲੱਗ ਮੈਰਿਟ ਜਾਵੇਗੀ, ਯਾਨੀ ਕਿ ਅਗਰ ਕਿਸੇ ਨੂੰ ਜਰਨਲ ਕੈਟਾਗਰੀ ਦੇ ਵਿੱਚ ਐਡ ਕੀਤਾ ਗਿਆ ਅਤੇ ਉਸਦੀ ਸਿਲੈਕਸ਼ਨ ਬੀ ਸੀ ਦੇ ਵਿੱਚ ਹੁੰਦੀ ਹੈ, ਤਾਂ ਫਿਰ 705 ਤੋਂ ਵੱਧ ਵੀ ਕੈਂਡੀਡੇਟ ਜਰਨਲ ਦੇ ਸਿਲੈਕਟ ਹੋ ਸਕਦੇ ਹਨ। ਲੇਕਿਨ ਕਿਉਂਕਿ ਪਿਛਲੀ ਵਾਰ ਵੀ ਇਵੇਂ ਹੋਇਆ ਸੀ, ਓਪਨ ਮੈਰਿਟ ਦੇ ਵਿੱਚ ਅਦਰ ਕੈਟਾਗਰੀਜ਼ ਦੇ ਕੈਂਡੀਡੇਟਸ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ, ਇਸ ਕਰਕੇ ਜਰਨਲ ਦੀ ਜੋ ਕੱਟ ਆਫ ਰਹਿ ਸਕਦੀ ਹੈ ਉਹ ਤਾਂ 705 ਤੋਂ ਵੱਧ ਵਾਲੇ ਕੈਂਡੀਡੇਟ ਸਿਲੈਕਟ ਨਹੀਂ ਹੋ ਸਕਦੇ, ਯਾਨੀ ਕਿ 57.5 ਜਰਨਲ ਦੀ ਕੱਟ ਆਫ ਤੁਸੀਂ ਕਹਿ ਸਕਦੇ ਹੋ ਫਾਈਨਲ। ਠੀਕ ਹੈ, ਬਾਕੀ ਜੋ ਐਕਸਰਸਮੈਨ ਦੀਆਂ ਪੋਸਟਾਂ ਹਨ ਉਸਦੇ ਬਾਰੇ ਲਾਸਟ ਵਿੱਚ ਵੀਡੀਓ 'ਚ ਗੱਲ ਕਰਾਂਗੇ। ਠੀਕ ਹੈ, ਉਸ ਦੇ ਨਾਲ ਜੋ ਰੈਂਕ ਹੈ ਉਹ ਥੋੜ੍ਹਾ ਥੱਲੇ ਜਾ ਸਕਦਾ ਹੈ। ਫਿਲਹਾਲ ਅਸੀਂ ਐਕਚੁਅਲ ਦੇ ਵਿੱਚ ਕਿੰਨੀ ਜਾ ਸਕਦੀ ਕੱਟ ਆਫ ਉਹੀ ਡਿਸਕਸ ਕਰ ਰਹੇ ਹਾਂ। ਠੀਕ ਹੈ, ਉਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਬੀ ਸੀ ਦੀ। ਤਾਂ ਬੀ ਸੀ ਦੀ ਟੋਟਲ ਵੈਕੈਂਸੀਆਂ ਕਿੰਨੀਆਂ ਹਨ, ਉਹ ਹਨ 176। 176 ਵੈਕੈਂਸੀ ਹੈ ਬੀ ਸੀ ਕੈਟਾਗਰੀ ਦੀ। ਠੀਕ ਹੈ, ਹੁਣ ਅਗਰ ਅਸੀਂ 176 ਦੇ ਹਿਸਾਬ ਦੇ ਨਾਲ ਪੂਰਾ ਹਿਸਾਬ ਲਗਾਈਏ ਤਾਂ ਜਿਨ੍ਹਾਂ ਦੇ 53.5 ਮਾਰਕਸ ਹਨ ਬੀ ਸੀ ਕੈਟਾਗਰੀ ਦੇ ਵਿੱਚ, ਉਹ ਸਾਰੇ ਦੇ ਸਾਰੇ ਕੈਂਡੀਡੇਟਸ ਬਿਲਕੁਲ ਸੇਫ ਹਨ, ਉਹਨਾਂ ਦੀ ਜੋ ਪੱਕੀ ਹੈ। ਠੀਕ ਹੈ, ਲੇਕਿਨ ਕਿਉਂਕਿ ਓਪਨ ਮੈਰਿਟ ਦੇ ਵਿੱਚ ਟੋਟਲ 109 ਕੈਂਡੀਡੇਟਸ ਬੀ ਸੀ ਕੈਟਾਗਰੀ ਦੇ ਅਜਿਹੇ ਹਨ ਜਿਨ੍ਹਾਂ ਨੇ ਓਪਨ ਕੈਟਾਗਰੀ ਦੇ ਵਿੱਚ ਰੈਂਕ ਹਾਸਿਲ ਕੀਤਾ ਹੈ। ਇਸ ਦਾ ਮਤਲਬ ਇਹ ਹੋਇਆ, ਅਗਰ 109 ਕੈਂਡੀਡੇਟਸ ਜਰਨਲ ਕੈਟਾਗਰੀ ਦੇ ਵਿੱਚ ਜਾਣਗੇ ਤਾਂ 109 ਜੋ ਵੈਕੈਂਸੀਆਂ ਹਨ ਉਹ ਘੱਟ ਜਾਣਗੀਆਂ ਬੀ ਸੀ ਦੇ ਵਿੱਚ, ਯਾਨੀ ਕਿ 109 ਬੀ ਸੀ ਦੇ ਕੈਂਡੀਡੇਟਸ ਹੋਰ ਆ ਜਾਣਗੇ, ਯਾਨੀ ਕਿ 176 ਪਲੱਸ 109 285। ਤਾਂ ਗਾਇਸ ਅਗਰ ਤੁਸੀਂ ਬੀ ਸੀ ਕੈਟਾਗਰੀ ਨਾਲ ਬਿਲੋਂਗ ਕਰਦੇ ਹੋ ਤਾਂ ਤੁਹਾਡਾ ਰੈਂਕ 285 ਜਾਂ ਇਸ ਤੋਂ ਪਹਿਲਾਂ ਹੈ ਤਾਂ ਤੁਸੀਂ ਆਪਣੇ ਆਪ ਨੂੰ 101% ਸੇਫ ਸਮਝ ਸਕਦੇ ਹੋ। ਠੀਕ ਹੈ, ਤੁਹਾਡੀ ਸਿਲੈਕਸ਼ਨ 101% ਪੱਕੀ ਹੈ। ਬਾਕੀ ਅਗਰ ਐਕਸਰਸਮੈਨ ਦੀ ਵੈਕੈਂਸੀਆਂ ਨੂੰ ਵਿੱਚ ਸ਼ਾਮਿਲ ਕਰ ਲਿਆ ਗਿਆ ਤਾਂ ਇਹ ਅੰਕੜਾ 300 ਪਾਰ ਵੀ ਕਰ ਸਕਦਾ ਹੈ, ਲੇਕਿਨ ਫਿਲਹਾਲ ਜੋ ਸੇਫ ਕੈਂਡੀਡੇਟਸ ਹਨ ਉਹ ਹਨ 285 ਦਾ, ਜਿਸਦਾ ਰੈਂਕ ਹੈ ਉਹ ਕੈਂਡੀਡੇਟ ਬਿਲਕੁਲ ਸੇਫ ਹੈ, ਕਿਉਂਕਿ ਓਪਨ ਮੈਰਿਟ ਦੇ ਵਿੱਚ 109 ਕੈਂਡੀਡੇਟਸ ਹਨ ਬੀ ਸੀ ਦੇ ਜੋ ਸ਼ਾਮਿਲ ਹੋ ਗਏ ਹਨ ਜਰਨਲ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਐੱਸ ਸੀ ਦੇ ਵਿੱਚ। ਤਾਂ ਗਾਇਸ ਜਿਵੇਂ ਤੁਸੀਂ ਜਾਣਦੇ ਹੋ ਕਿ ਐੱਸ ਸੀ ਦੇ ਵਿੱਚ ਦੋ ਕੈਟਾਗਰੀਆਂ ਹਨ, ਮਜ਼ਬੀ
ਅਤੇ ਰਾਮਦਾਸੀਆ ਐਂਡ ਅਦਰਸ। ਤਾਂ ਮਜ਼੍ਹਬੀ ਦੀ ਗੱਲ ਕਰੀਏ, ਟੋਟਲ ਵੈਕੈਂਸੀਆਂ ਹਨ ਐਸ ਸੀ ਦੀਆਂ 371, ਮਜ਼੍ਹਬੀ ਅਤੇ ਰਾਮਦਾਸੀਆ ਦੋਨਾਂ ਦੇ ਵਿੱਚ ਵੈਕੈਂਸੀਆਂ ਨੂੰ ਡਿਵਾਈਡ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਜ਼੍ਹਬੀ, ਤਾਂ ਟੋਟਲ ਜੋ ਕੈਂਡੀਡੇਟ ਪਾਸ ਹੋਏ ਹਨ ਮਜ਼੍ਹਬੀ ਦੇ ਉਹ ਹਨ 155, ਠੀਕ ਹੈ। ਇਸ ਤੋਂ ਅਗਰ ਦੇਖੋ 371 ਵੈਕੈਂਸੀ ਟੋਟਲ ਹੈ, ਠੀਕ ਹੈ, ਦੋ ਨਾਲ ਡਿਵਾਈਡ ਕੀਤਾ ਜਾਵੇ ਤਾਂ ਵੀ ਮਜ਼੍ਹਬੀ ਨੂੰ 185 ਵੈਕੈਂਸੀਜ਼ ਆਉਣਗੀਆਂ। ਪਰ ਕਿਉਂਕਿ 155 ਕੈਂਡੀਡੇਟਸ ਹੀ ਸਿਰਫ ਟਾਈਪਿੰਗ ਦੇ ਵਿੱਚ ਪਾਸ ਹੋਏ ਹਨ, ਇਸ ਕਰਕੇ ਜਿੰਨੇ ਵੀ ਕੈਂਡੀਡੇਟਸ ਪਾਸ ਹੋਏ ਹਨ ਇਹ ਸਾਰੇ ਦੇ ਸਾਰੇ ਸਿਲੈਕਟਡ ਹਨ। ਇਹਨਾਂ ਦੀ ਜੋ ਪੱਕੀ ਹੈ, ਚਾਹੇ ਤੁਹਾਡੇ ਮਾਰਕਸ 33 ਹਨ ਜਾਂ ਇਸ ਤੋਂ ਵੱਧ ਹਨ, ਠੀਕ ਹੈ। ਹੁਣ ਗੱਲ ਕਰਦੇ ਹਾਂ ਐਸ ਸੀ ਰਾਮਦਾਸੀਆ ਐਂਡ ਅਦਰਸ। ਐਸ ਸੀ ਰਾਮਦਾਸੀਆ ਐਂਡ ਅਦਰਸ ਜਿਵੇਂ ਤੁਸੀਂ ਜਾਣਦੇ ਹੋ ਟੋਟਲ ਵੈਕੈਂਸੀ 371 ਹਨ, ਠੀਕ ਹੈ। ਅਗਰ 371 ਦੇ ਹਿਸਾਬ ਨਾਲ ਅਗਰ ਤੁਸੀਂ ਅੱਧੀਆਂ ਵੈਕੈਂਸੀਆਂ ਆਰ ਓ ਅਤੇ ਅੱਧੀਆਂ ਵੈਕੈਂਸੀਆਂ ਤੁਸੀਂ ਮਜ਼੍ਹਬੀ ਨੂੰ ਦੇ ਦਿੰਦੇ ਹੋ, ਜਾਣੀ ਕਿ 185 ਓਕੇ, ਤਾਂ ਗਾਇਸ 185 ਰੈਂਕ ਹੈ ਜਿਸਦਾ ਐਸ ਸੀ ਕੈਟਾਗਰੀ ਦੇ ਵਿੱਚ, ਉਹ ਤਾਂ ਬਿਲਕੁਲ ਆਪਣੇ ਆਪ ਨੂੰ ਸੇਫ ਸਮਝ ਸਕਦਾ ਹੈ, ਜਿਸਦਾ 48.25 ਮਾਰਕਸ ਹਨ, ਠੀਕ ਹੈ। ਕਿਉਂਕਿ ਤਕਰੀਬਨ 60 ਕੈਂਡੀਡੇਟਸ ਅਜਿਹੇ ਹਨ, ਜੋ ਜਰਨਲ ਕੈਟਾਗਰੀ ਦੇ ਵਿੱਚ ਜਾਣੀ ਕਿ ਓਪਨ ਕੈਟਾਗਰੀ ਦੇ ਵਿੱਚ ਕੁਆਲੀਫਾਈ ਕਰ ਚੁੱਕੇ ਹਨ। ਤਾਂ ਇਹ 60 ਕੈਂਡੀਡੇਟਸ ਅਗਰ ਆਰ ਓ ਦੇ ਵਿੱਚੋਂ ਕੱਢ ਲਏ ਜਾਣ ਤਾਂ 185 ਪਲੱਸ 245 ਕੈਂਡੀਡੇਟਸ ਹਨ, ਜਾਣੀ ਕਿ 245 ਜਿਨ੍ਹਾਂ ਦਾ ਰੈਂਕ ਹੈ ਐਸ ਸੀ ਆਰ ਓ ਦੇ ਵਿੱਚ, ਉਹ ਆਪਣੇ ਆਪ ਨੂੰ ਸੇਫ ਸਮਝਣ, ਓਕੇ। ਅਤੇ ਹੁਣ ਗੱਲ ਕਰਦੇ ਹਾਂ ਕਿ ਅਗਰ ਮਜ਼੍ਹਬੀ ਦੀਆਂ ਜੋ ਵੈਕੈਂਸੀਆਂ ਹਨ, ਜਿਵੇਂ ਤੁਸੀਂ ਜਾਣਦੇ ਕਿ 371 ਦੇ ਵਿੱਚੋਂ 155 ਵੈਕੈਂਸੀਆਂ ਮਜ਼੍ਹਬੀ ਨੂੰ ਚੱਲ ਜਾਣਗੀਆਂ ਅਤੇ 216 ਵੈਕੈਂਸੀਆਂ ਪਿੱਛੇ ਬਚਣਗੀਆਂ। ਅਗਰ ਜੋ ਮਜ਼੍ਹਬੀ ਦੀਆਂ ਬਚੀਆਂ ਹੋਈਆਂ ਵੈਕੈਂਸੀਆਂ ਨੂੰ ਆਰ ਓ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਤਾਂ ਗਾਇਸ 216 ਜਿਨ੍ਹਾਂ ਦਾ ਰੈਂਕ ਹੈ ਉਹ ਵੀ ਸੇਫ ਹਨ, ਅਤੇ ਪਲੱਸ 216 ਪਲੱਸ 60672 ਜਾਣੀ ਕਿ 276 ਰੈਂਕ ਹੈ ਜਿਸਦਾ ਐਸ ਸੀ ਆਰ ਓ ਦੇ ਵਿੱਚ, ਉਹ ਕੈਂਡੀਡੇਟ ਆਪਣੇ ਆਪ ਨੂੰ ਸੇਫ ਸਮਝਣ। ਪਰ ਇਹ ਸ਼ੋਰ ਨਹੀਂ ਹੈ ਅਜੇ, ਕਿਉਂਕਿ ਇਹ ਸਿਰਫ ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਤਕਰੀਬਨ 245 ਤੱਕ ਜਿਨ੍ਹਾਂ ਦਾ ਰੈਂਕ ਹੈ ਉਹ ਤਾਂ ਬਿਲਕੁਲ ਆਪਣੇ ਆਪ ਨੂੰ ਸੇਫ ਸਮਝਣ, ਓਕੇ। ਜਦੋਂ ਐਸ ਸੀ ਮਜ਼੍ਹਬੀ ਦੀਆਂ ਵੈਕੈਂਸੀਆਂ ਆਰ ਓ ਦੇ ਵਿੱਚ ਸ਼ਾਮਿਲ ਹੋ ਗਈਆਂ ਤਾਂ ਫਿਰ 276 ਜਿਸਦਾ ਰੈਂਕ ਹੈ ਉਹ ਵੀ ਕੈਂਡੀਡੇਟ ਆਪਣੇ ਆਪ ਨੂੰ ਸੇਫ ਸਮਝ ਸਕਦਾ ਹੈ ਐਸ ਸੀ ਆਰ ਓ ਦੇ ਵਿੱਚ। ਇਹ ਤਾਂ ਹੁਣ ਬੋਰਡ ਦੇ ਉੱਪਰ ਨਿਰਭਰ ਹੈ ਕਿ ਉਹ ਕੀ ਡਿਸੀਜ਼ਨ ਲੈਂਦੇ ਹਨ, ਠੀਕ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਐਕਸਰਸਮੈਨ, ਤਾਂ ਐਕਸਰਸਮੈਨ ਤੁਸੀਂ ਜਾਣਦੇ ਹੋ ਕਿ ਬਹੁਤ ਹੀ ਘੱਟ ਐਕਸਰਸਮੈਨ ਹਨ, ਤਾਂ ਜਿੰਨੇ ਵੀ ਹਨ ਸਾਰੇ ਸਿਲੈਕਟਡ ਹਨ, ਓਕੇ। ਉਸ ਤੋਂ ਬਾਅਦ ਗੱਲ ਕਰਦੇ ਅਦਰ ਕੈਟਾਗਰੀਜ਼ ਜਿਵੇਂ ਹੈਂਡੀਕੈਪ ਜਾਂ ਫਰੀਡਮ ਫਾਈਟਰ ਜਾਂ ਸਪੋਰਟਸ ਪਰਸਨ, ਤਾਂ ਉਹ ਸਾਰੇ ਦੇ ਸਾਰੇ ਕੈਂਡੀਡੇਟ ਜਿਨ੍ਹਾਂ ਨੇ ਟਾਈਪਿੰਗ ਟੈਸਟ ਕਲੀਅਰ ਕੀਤਾ, ਹੈਂਡੀਕੈਪ ਦਾ ਟਾਈਪਿੰਗ ਟੈਸਟ ਨਹੀਂ ਹੋਇਆ ਸੀ, ਉਹ ਤਾਂ ਸਿਲੈਕਟਡ ਹਨ ਹੀ। ਉਸ ਤੋਂ ਬਾਅਦ ਸਪੋਰਟਸ ਪਰਸਨ ਮੈਂ ਸਾਰੇ ਕੈਂਡੀਡੇਟਸ ਬਿਲਕੁਲ ਸਿਲੈਕਟਡ ਹਨ। ਉਸ ਤੋਂ ਬਾਅਦ ਲਾਸਟ ਦੇ ਕੁਸ਼ਚਨ ਹੈ ਐਕਸਰਵਿਸਮੈਨ ਦੀਆਂ ਪੋਸਟਾਂ ਨੂੰ ਦੂਜੀਆਂ ਪੋਸਟਾਂ ਦੇ ਵਿੱਚ ਵੰਡਿਆ ਜਾਵੇਗਾ ਜਾਂ ਫਿਰ ਨਹੀਂ। ਇਹ ਬਹੁਤ ਹੀ ਵੱਡਾ ਕੁਸ਼ਚਨ ਹੈ, ਇਹ ਤਾਂ ਬੋਰਡ ਦੱਸ ਸਕਦਾ ਹੈ ਕਿ ਵੰਡਿਆ ਜਾਵੇਗਾ ਜਾਂ ਨਹੀਂ। ਪਰ ਲਾਸਟ ਟਾਈਮ ਜੋ ਸਿਲੈਕਸ਼ਨ ਹੋਈ ਸੀ ਉਸ ਦੇ ਵਿੱਚ ਐਕਸਰਵਿਸਮੈਨ ਦੀਆਂ ਪੋਸਟਾਂ ਬਚ ਗਈਆਂ ਸਨ, ਉਹਨਾਂ ਪੋਸਟਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ, ਠੀਕ ਹੈ। ਓਪਨ ਕੈਟਾਗਰੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿਵੇਂ ਮੰਨ ਲਓ 200 ਵੈਕੈਂਸੀ ਐਕਸਰਵਿਸਮੈਨ ਦੀ ਬਚ ਗਈ ਹੈ, ਤਾਂ ਇਸ 200 ਵੈਕੈਂਸੀ ਨੂੰ ਓਪਨ ਕੈਟਾਗਰੀ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ, ਯਾਨੀ ਕਿ 705 ਟੋਟਲ 905 ਵੈਕੈਂਸੀ ਜੋ ਜਰਨਲ ਦੇ ਵਿੱਚ ਓਪਨ ਕੈਟਾਗਰੀ ਦੇ ਵਿੱਚ ਜੋ ਰੈਂਕ ਜਾਵੇਗਾ, ਠੀਕ ਹੈ। ਇਸ ਦੇ ਬਾਰੇ ਪਹਿਲਾਂ ਕੁਛ ਨਹੀਂ ਕਿਹਾ ਜਾ ਸਕਦਾ, ਇਹ ਤਾਂ ਸਿਰਫ ਬੋਰਡ ਦੇ ਹੱਥ ਵਿੱਚ ਹੈ, ਬੋਰਡ ਕੀ ਡਿਸੀਜ਼ਨ ਲਵੇਗਾ। ਜਿਵੇਂ ਹੀ ਬੋਰਡ ਦੇ ਦੁਆਰਾ ਕੋਈ ਨੋਟੀਫਿਕੇਸ਼ਨ ਆਵੇਗਾ ਮੈਂ ਤੁਹਾਨੂੰ ਵੀਡੀਓ ਦੇ ਜ਼ਰੀਏ ਤੁਹਾਨੂੰ ਦੱਸ ਹੀ ਦੇਵਾਂਗਾ, ਠੀਕ ਹੈ। ਤਾਂ ਗਾਇਸ ਇਹ ਸੀ ਪੂਰਾ ਐਨਾਲਾਈਜ਼, ਪੂਰੀ ਐਕਸਪੈਕਟਡ ਕੱਟ ਆਫ, ਐਕਸਪੈਕਟਡ ਵੀ ਨਹੀਂ ਹੈ, ਇਹ ਤਾਂ ਬਿਲਕੁਲ ਕਨਫਰਮ ਹੈ ਜੋ ਮੈਂ ਤੁਹਾਨੂੰ ਅੰਕੜੇ ਦੱਸੇ ਹਨ। ਇਸ ਤੋਂ ਘੱਟ ਤਾਂ ਰੈਂਕ ਵਾਲਾ ਸਿਲੈਕਟ ਨਹੀਂ ਹੋ ਸਕਦਾ, ਠੀਕ ਹੈ। ਤਦ ਹੀ ਹੋ ਸਕਦਾ ਹੈ ਅਗਰ ਐਕਸਰਵਿਸਮੈਨ ਦੀਆਂ ਪੋਸਟਾਂ ਨੂੰ ਸ਼ਾਮਿਲ ਕੀਤਾ ਜਾਵੇ ਜਾਂ ਫਿਰ ਨੋਟੀਫਿਕੇਸ਼ਨ ਅਪਲੋਡ ਕਰਕੇ ਐਕਸਰਵਿਸਮੈਨ ਦੇ ਬਾਰੇ ਪੰਜਾਬ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਕੋਈ ਨੋਟੀਫਿਕੇਸ਼ਨ ਦੇਵੇਗਾ, ਠੀਕ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪੂਰੀ ਕਲੀਅਰਟੀ ਹੋ ਗਈ ਹੋਵੇਗੀ ਕਿ ਕਿਸ ਤਰ੍ਹਾਂ ਹੁਣ ਸਿਲੈਕਸ਼ਨ ਹੋਵੇਗੀ, ਠੀਕ ਹੈ। ਤਾਂ ਗਾਇਸ ਜਿਨ੍ਹਾਂ ਦਾ ਨੰਬਰ ਨਹੀਂ ਆਇਆ ਉਹ ਹੋਪ ਰੱਖ ਸਕਦੇ ਹਨ, ਕਿਉਂਕਿ ਹੋ ਸਕਦਾ ਕਿ ਵੈਕੈਂਸੀਆਂ ਇਨਕਰੀਜ਼ ਵੀ ਹੋ ਜਾਣ, ਕੁਝ ਵੀ ਹੋ ਸਕਦਾ ਹੈ, ਇਸ ਕਰਕੇ ਬੀ ਪੋਜ਼ਿਟਿਵ, ਠੀਕ ਹੈ। ਤਾਂ ਆਈ ਹੋਪ ਵੀਡੀਓ ਤੁਹਾਨੂੰ ਅੱਛੀ ਲੱਗੀ, ਵੀਡੀਓ ਅੱਛੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਸਾਡੇ ਐਬ ਬੀ ਪੇਜ਼ ਨੂੰ ਫੋਲੋ ਕਰ ਸਕਦੇ ਹੋ, ਔਲ ਜੋ ਵੈਕੈਂਸੀ ਐਂਡ ਜੀ ਕੇ ਸਾਡਾ ਐਬ ਬੀ ਪੇਜ਼ ਹੈ। ਉਸ ਤੋਂ ਬਾਅਦ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਹੈਰੀ_ਕਸ਼ਯਪ8, ਓਕੇ।
ਐਂਡ ਅਦਰ ਕੋਈ ਇਨਕੁਆਇਰੀ ਹੈ ਤੁਹਾਡੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਓਕੇ ਗਾਇਜ਼, ਤੁਸੀਂ ਮੈਨੂੰ ਆਪਣਾ ਸਮਾਂ ਦਿੱਤਾ, ਉਸ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।